ਕਰ ਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਸਤਸੰਗ ਜੀ ਆਓ। ਸਭ ਤੋਂ ਪਹਿਲਾਂ ਫਤਿਹ ਜੀ ਸਾਂਝ ਪਾਈਏ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੇ ਮਹਾਂਪੁਰਖਾਂ ਦੇ ਚਰਨਾਂ ਵਿੱਚ ਨਮਸਕਾਰ ਹੈ। ਸੰਤ ਬਾਬਾ ਨਰੈਣ ਸਿੰਘ ਜੀ ਉਹਨਾਂ ਦੇ ਚਰਨਾਂ ਵਿੱਚ ਨਮਸਕਾਰ ਹੈ। ਸਾਰੀ ਸੰਗਤ ਨੂੰ ਜਿਉਂ ਆਇਆਂ ਕਿਹਾ ਜਾਂਦਾ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਇਹ ਹਾਜ਼ਰੀ ਭਰਨ ਦਾ ਸਮਾਂ ਬਖਸ਼ਿਸ਼ ਕੀਤਾ। ਆਓ, ਸਿਰਫ ਇੱਕ ਧਾਰਨਾ ਹੈ, ਗੱਜ ਕੇ ਬੋਲਿਓ ਸਾਰੇ। ਸਾਰੀ ਸੰਗਤ ਗੱਜ ਵੱਜ ਕੇ ਆਪੋ ਆਪਣੇ ਹਿੱਸੇ ਵਿੱਚ ਬੋਲਿਓ। ਜੀ ਭੇਜੇ ਕਰਤਾਰ ਨੇ ਆਪਣੀ ਸਾਧੂ ਆਉਂਦੇ, ਭੇਜੇ ਕਰਤਾਰ ਨੇ ਆਪਣੀ ਸਾਧੂ ਆਉਂਦੇ, ਭੇਜੇ ਕਰਤਾਰ ਨੇ ਭੇਜੇ ਕਰਤਾਰ ਨੇ ਭੇਜੇ ਕਰਤਾਰ ਨੇ ਆਪਣੀ ਸਾਧੂ ਆਉਂਦੇ, ਭੇਜੇ ਕਰਤਾਰ ਨੇ ਆਪਣੀ ਸਾਧੂ ਆਉਂਦੇ, 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 ਆਪਣੀ ਸਾਧੂ ਆਉਂਦੇ। ਭੇਜੇ ਕਰਤਾਰ ਨੇ ਆਪਣੀ ਸਾਧੂ ਆਉਂਦੇ, ਆਪਣੀ ਸਾਧੂ ਆਉਂਦੇ।
ਸੰਤਾਂ ਦਾ ਮਹਾਂਪੁਰਖਾਂ ਦੇ ਚਰਨਾਂ ਵਿੱਚ ਬੇਨਤੀ ਹੈ ਸੰਤ ਬਾਬਾ ਰਣਜੀਤ ਸਿੰਘ ਜੀ ਕਿ ਇੰਨਾ ਕੁ ਸਮਾਂ ਜ਼ਰੂਰ ਪ੍ਰਵਾਨ ਕਰਿਓ ਅੱਗੇ ਵਾਸਤੇ ਜੱਥੇ 'ਤੇ ਆਪ ਜੀ ਦਾ ਮਿਹਰ ਭਰਾਥਿਆ ਰੱਖਿਓ। ਸਤਿਗੁਰਾਂ ਦੇ ਚਰਨਾਂ ਵਿੱਚ ਵੀ ਬੇਨਤੀ ਹੈ ਬੁਲਾਓ ਫਤਿਹ ਪਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।